ਇਹ ਰਾਤ ਜਿੱਥੇ ਤੁਹਾਨੂੰ ਪੈ ਜਾਵੇ ਉੱਥੇ ਠਹਿਰ ਜਾਂਦੇ ਹੋ ਜਾਂ ਅੱਗੇ ਪਿੱਛੇ ਟੁਰ ਜਾਂਦੇ ਹੋ? ਨਹੀਂ ਯਾਰ ਨਜ਼ਾਰੇ ਨਾ ਉਹ ਇਹ ਨਾ ਹੋਵੇ ਤਾਂ ਕਿਤੇ ਮਾਲ ਦੇ ਪਿੱਛੋਂ ਵਧੇ ਤੇ ਉੱਥੇ ਰਾਤ ਰਾਤ ਉੱਥੇ ਪੈ ਗਏ ਤੇ ਉੱਥੇ ਰਹਿ ਜਾਂਦੇ ਉੱਥੇ ਰਹਿ ਤੇ ਖਾਣੇ ਪੀਣੇ ਦਾ ਫਿਰ ਕਿਵੇਂ ਕਰਦੇ? ਖਾਣੇ ਪੀਣੇ ਦੇ ਕੀ ਨਾਂ ਹੈ ਤੁਹਾਡਾ? ਮੇਰੇ ਨਾਮ ਗੁਲਾਮ ਫਰੀਦ ਹੈ ਸਿੰਘ। ਗੁਲਾਮ ਫਰੀਦ ਜੀ ਹਾਂ। ਕੀ ਗਾਈਆਂ ਰੱਖੀ ਹੋਈ ਨੇ? ਉੱਠ ਰੱਖੇ ਹੋਏ ਨੇ? ਗਾਈਆਂ ਰੱਖਿਆ ਹਨ, ਉੱਠ ਰੱਖਿਆ ਹਨ। ਅੱਛਾ ਹਾਂ। ਤੇ ਚਰਾਉਂਦੇ ਹੋ ਇਹ ਟੋਬਾ ਨਾਲ ਹੈ? ਜੀ ਹਾਂ ਜੀ ਹਾਂ। ਸਹੀ। ਤੇ ਕਿਵੇਂ ਗੁਜ਼ਾਰਾ ਥੀਂਦਾ ਇੱਥੇ ਰੋਹੀ ਦੇ ਵਿੱਚ? ਰੋਹੀ ਦੇ ਵਿੱਚ ਜੋ ਗੁਜ਼ਾਰਾ ਨਹੀਂ ਚੱਲਦਾ ਮੀ ਬਾਰਸ ਸੀ ਵੀ। ਅੱਛਾ। ਤੇ ਘਾਹ ਪੱਠਾ ਥੀ ਪਿਆ। ਸਹੀ। ਤੇ ਮਾਲ ਸ਼ਾਲ ਚਰਿਆ। ਸਹੀ। ਤੇ ਗੁਜ਼ਾਰਾ ਚੱਲ ਪਿਆ। ਅੱਛਾ। ਇਹ ਸਭ ਦਾ ਸੁਵਿਧਾ ਲੰਬਣਾ ਹੁੰਦਾ ਹੈ ਤਾਂ ਫਿਰ ਉਹ ਕਿਵੇਂ ਪੈਸੇ ਪੂਸੇ ਕਿੱਧਰੋਂ ਆਉਂਦੇ ਨੇ ਤੁਹਾਡੇ ਕੋਲ? ਮਾਲ ਮਾਲ ਕੋਈ ਵੇਚੋ ਸੇ। ਅੱਛਾ। ਤੇ ਕੋਈ ਸੌਦਾ ਸੌਦ ਕਿਦੋਂ ਸੇ। ਅੱਛਾ। ਤੇ ਕੋਈ ਆਟਾ ਕੋਟਾ ਕਿਦੋਂ ਸੇ। ਸਹੀ। ਯਾਨੀ ਕਿ ਮਾਲ ਮੂਲ ਵੇਚ ਲੈਂਦੇ ਹੋ? ਜੀ ਜੀ। ਜਦੋਂ ਜ਼ਰੂਰਤ ਪਈ ਮਾਲ ਵੇਚ ਲਿਆ ਹੈ? ਜੀ ਜੀ। ਠੀਕ ਹੈ। ਮਾਲ ਵੇਚ ਆਪਣਾ ਸੌਦਾ ਸੌਦ ਗੈਨ ਕਿਦਾ। ਸਹੀ ਹੈ। ਤੇ ਯਾ ਆਪਣਾ ਖੇਰਕਾ ਸ਼ਿਰਕਾ ਕਿਤਾ ਕਿਉ ਸ਼ੋ ਬੜਾਇਆ ਗਿਓਸ਼ਿਓ ਬਣਾਇਆ ਖਾਦਾ ਪੀਤਾ ਤੁਸੀਂ ਕੋਈ ਨਹੀਂ ਖਾਂਦੇ ਹੋ? ਗਿਓਸ਼ ਅਸਾਂ ਕਾਈ ਨਹੀਂ ਖਾਂਦੇ ਤੇ ਵੇਚ ਲੈਂਦੇ ਹੋ? ਵੇਚ ਲੈਂਦੇ ਤੇ ਸੌਦਾ ਕਿਤੋਂ ਸੇ? ਨਹੀਂ ਖਾਦਾ ਕਰੋ ਤੁਸੀਂ ਵੀ ਖਾਦਾ ਕਰੋ ਨਾ ਗਿਓ ਅਸਾਂ ਵਾਲ ਮਾਲ ਦੇ ਵਿੱਚ ਬਨੋ ਤੇ ਵਾਲ ਉਹ ਜੋ ਬੱਦੇ ਰਹਿ ਗਿਓ ਸੇ ਲੱਸੀ ਸ਼ੱਸੀ ਪੀਤੀ ਕਰੋ ਕੋਈ ਦੁੱਧ ਸ਼ੁੱਧ ਪੀਤਾ ਕਰੋ ਮੱਖਣ ਖਾਦੇ ਕਰੋ ਮੱਖਣ ਹੀ ਖਾਂਦੇ ਸੇ ਲੱਸੀ ਪੀਣੇ ਸੇ ਜਿਹੜੀ ਹਾਟੀ ਅੱਲਾ ਤਾਲਾ ਬੜਾ ਸੂਬਾ ਬੜੇ ਨਹੀਂ ਪਿਆ ਗਿਆ ਸਹੀ ਹੈ ਸਹੀ ਉੱਠ ਵੀ ਰੱਖਿਓ ਨੇ ਤੁਸੀਂ ਉੱਠ ਹੁਣ ਕੀ ਦੇਣੇ ਤੁਹਾਡੇ ਉੱਠ ਹੁਣ ਨਹੀਂ ਖੜਨ ਟੋਕੇ ਤੇ ਖੜੇ ਨੇ ਉੱਤੇ ਜਾ ਜਾ ਕਿੰਨੇ ਉੱਠ ਨੇ ਤੁਹਾਡੇ ਹਨ ਤੁਸੀਂ ਤਾਂ ਉੱਠ ਮੈਂ ਬੇ ਪਾ ਦਿੱਤੀ ਗਾ ਤੇ ਬੇ ਮੇਰੇ ਚਰ ਉੱਠਣ ਨੂੰ ਆ ਜੋ ਮੰਮੂ ਵਾਲੀ ਜਾ ਰਹਾ ਸਨ ਅੱਛਾ ਅੱਛਾ ਹਾਂ ਉਹ ਹੀ ਤਾਂ ਉਹ ਪਤਾ ਉਹਨਾਂ ਦਾ ਵਾਲੇ ਤਾਂ ਉੱਠ ਤਾਂ ਹੀ ਆਵੇ ਨਾ ਅੱਛਾ ਇੱਥੇ ਕੋਈ ਡਰ ਸ਼ਰ ਨਹੀਂ ਲੱਗਦਾ ਖੌਫ ਕੋਈ ਡਰ ਕਰ ਕੋਈ ਨਹੀਂ ਅਮਾ ਨਹੀਂ ਇੱਥੇ ਬਿਲਕੁਲ ਅੱਛਾ ਇਹ ਸਾਰੇ ਟਿੱਬੇ ਟਿੱਬੇ ਜੰਗਲਾਂ ਦੇ ਵਿੱਚ ਜਾ ਜਾ ਕਿਵੇਂ ਇਹ ਰਾਤ ਜਿੱਥੇ ਤੁਹਾਨੂੰ ਪੈ ਜਾਵੇ ਉੱਥੇ ਠਹਿਰ ਜਾਂਦੇ ਹੋ ਜਾਂ ਅੱਗੇ ਪਿੱਛੇ ਟੁਰ ਜਾਂਦੇ ਹੋ? ਨਹੀਂ ਇਹ ਨਜ਼ਾਰੇ ਨਾ ਉਹ ਇਹ ਵਸ਼ ਨਾ ਹੋਏ ਤਾਂ ਕਿਤੇ ਮਾਲ ਦੇ ਪਿੱਛੋਂ ਵਧੇ ਸੇ ਉੱਥੇ ਰਾਤ ਉੱਥੇ ਪੈ ਗਏ ਤੇ ਉੱਥੇ ਰਹਿ ਜਾਂਦੇ ਤੇ ਖਾਣੇ ਪੀਣੇ ਦਾ ਫਿਰ ਕਿਵੇਂ ਕਰਦੇ? ਖਾਣੇ ਪੀਣੇ ਦੀ ਇਹ ਗੱਲ ਹੈ ਤਾਂ ਹੁਣ ਦਹੀਂ ਕਰ ਵਸ਼ ਨਹੀਂ ਲੱਗਦੀ ਪਈ ਹਾਂ ਹਾਂ ਤੇ ਪਾਣੀ ਹੈ ਪਿਆਬਦਾ ਬਸ ਪਾਣੀ ਪੀ ਲਿਆ ਪਾਣੀ ਪੀ ਲਿਆ ਬਸ ਆਪਣਾ ਰਾਤ ਰਾਤ ਗੁਜ਼ਾਰ ਗਦਾ ਸਵੇਲੇ ਉੱਠੀ ਦਾ ਆਪਣੇ ਗਿਆ ਗਿਆ ਤੇ ਇਹ ਤਾਂ ਹੀ ਤਾਂ ਤੁਸੀਂ ਸੁੱਕੇ ਜਾਂਦੇ ਹੋ ਹੈ ਤਾਂ ਹੀ ਤਾਂ ਤੁਸੀਂ ਸੁੱਕੇ ਜਾਂਦੇ ਹੋ ਖਾਂਦੇ ਪੀਂਦੇ ਜੋ ਕੁਛ ਨਹੀਂ ਹੋ ਹੈ ਤੇ ਤੁਸੀਂ ਖਾਣੇ ਪੀਣੇ ਦਾ ਇੰਤਜ਼ਾਮ ਨਾਲ ਰੱਖਾ ਕਰੋ ਨਾ ਇੱਕ ਜਾਨਵਰ ਦੇ ਉੱਤੇ ਰੱਖ ਲਿਆ ਜਾਨਵਰ ਦੇ ਉੱਤੇ ਰੱਖੇ ਨੂੰ ਉਹ ਜੇ ਹੈ ਕਿ ਇਹ ਤਾਂ ਜਾਨਵਰ ਦੇ ਉੱਤੇ ਰੱਖੇ ਉਹਦਾ ਰਹਿਣੇ ਸੇ ਇਹ ਮਾਲ ਸ਼ਾਲ ਨਾਲ ਵਧੇ ਸੇ ਤੇ ਜਾਨਵਰ ਦੇ ਇਹ ਜਿਹੜੇ ਮਾਲ ਗੋਲਣ ਕਿਉਂ ਸੇ ਅੱਛਾ ਮਾਲ ਗੋਲਣ ਕਿਉਂ ਸੇ ਤੇ ਵੱਲ ਤੂੰ ਗੋਲ ਲਵਲਿਓ ਸੇ ਵੱਲ ਵਸ਼ੋ ਨਾ ਲੱਗੀ ਬਲਕਿ ਜੰਗਲ ਚਰਾਂ ਦੇ ਆਇਓ ਸੇ ਜਿਵੇਂ ਆਇਓ ਸੇ ਅੱਛਾ ਹੁਣ ਤੁਹਾਡਾ ਘਰ ਇੱਥੋਂ ਕਿੰਨੀ ਦੂਰ ਹੈ ਇੱਥੋਂ ਹੈ 10-12 ਕਿਲੋਮੀਟਰ ਹੈ 15 ਕਿਲੋ 10-12 ਕਿਲੋਮੀਟਰ ਰਾਤ ਇੱਥੇ ਹੀ ਗੁਜ਼ਾਰ ਸੋ ਹੁਣ ਤੁਸੀਂ ਨਹੀਂ ਨਹੀਂ ਚਲੇ ਜਾ ਸੋ ਪਾਣੀ ਚਰ ਪਿਲਾ ਤੇ ਵੱਲ ਤੇ ਚਰ ਰਹੇ ਨੇ ਸੋ ਚਰਾਂ ਦੇ ਵੈਸੇ ਤੇ ਘਰ ਪਹੁੰਚ ਜਾ ਸੋ 9 ਵਜੇ ਤੇ ਪਹੁੰਚ ਜਾ ਸੋ ਚਲੋ ਠੀਕ ਹੈ ਅੱਛਾ ਖੁਸ਼ ਰਹੋ ਇਹ ਗਾਈਆਂ ਸਾਰੀਆਂ ਤੁਹਾਡੀਆਂ ਨੇ ਜੀ ਜੀ ਇਹ ਵਿੱਚ ਇਹ ਵੱਛੀ ਲਵੀ ਹੈ ਜਿਹਨੂੰ ਆਪਾਂ ਦਨਾਪੀ ਸਦਨੇ ਆ ਉਹ ਕਿੰਨੇ ਇੱਕ ਦੀ ਮਿਲ ਜਾਂਦੀ ਹੈ ਤੁਹਾਡੇ ਕੋਲੋਂ ਇਹ ਤਾਂ ਅਗਰ ਮਿਲ ਵੀ ਨਹੀਂ 25 ਦੀ ਮਿਲ ਵੀ ਨਹੀਂ 30 ਦੀ ਮਿਲ ਵੀ ਨਹੀਂ 35 ਦੀ ਮਿਲ ਵੀ ਨਹੀਂ ਅੱਛਾ ਮਾਸ਼ਾਅੱਲਾ ਜੀ ਜੀ ਦਾ ਫਰਕ ਹੈ ਉਹਨਾਂ ਦੇ 50 ਦੀ ਮਿਲ ਵੀ ਨਹੀਂ 60 ਦੀ ਮਿਲ ਵੀ ਨਹੀਂ ਮਾਸ਼ਾਅੱਲਾ ਗਾਈਆਂ ਤੁਹਾਡੀਆਂ ਸੋਹਣੀਆਂ ਨੇ ਸੋਹਣੀਆਂ ਨੇ ਠੀਕ ਹੈ ਬਾਬਾ ਜੀ ਬੜੀ ਮਿਹਰਬਾਨੀ ਖੁਸ਼ ਰਹੋ ਰੋਹੀ ਰੋਹੀ ਇਹ ਹੈ ਜੀ ਰੋਹੀ ਡਰ ਰਹੀ ਹੈ ਮੁਝਸੇ बैठे रहो बैठे रहो इत्थे कोई मसला मसाइल तो नहीं इत्थे कोई नहीं कोई कोई डर नहीं अच्छा पानी शानी दा किवें करदे हो तुसी पानी जेले बारिश पै गई टोबे भरिज गए अच्छा माल चल टोबे ने पी जा जेले पानी मुक गया बारिश दा वाल पाड़ वाट दिस लेला ये देखें ये रोई में क्या करते हैं कि
इस तरह के जो है ना टोबे बना लेते हैं। जब बारिश आती है तो बारिश का पानी इन टोबों में इकट्ठा हो जाता है और यहाँ से फिर माल मवेशी पानी पीते हैं। और यहाँ के जो लोग हैं वो भी सुनने में आया कि वो भी यहीं से पानी पीते हैं ये इन्हीं टोबों का, क्योंकि और तो पानी नहीं है ना रोई में। ये देखें आप, कोई चीज़ आपको यहाँ पे नज़र नहीं आएगी। हम बहुत सफ़र करके पहुँचे हैं यहाँ पे। ये देखें, ये टोबा है जी, इस तरह के टोबे बहुत दूर दूर, पता नहीं 50-60 किलोमीटर 100-100 किलोमीटर के फासले पे यहाँ पे टोबे बनाते हैं, और बहुत कम ही है टोबे इतने। ये देखें, यहाँ से माल मवेशी पानी वगैरह पीते हैं। ये देखें, बिल्कुल सुनसान इलाका है रोई का। आपको कहीं कोई चीज़, कोई बंदा ना बंदे की ज़ात नज़र आएगी यहाँ पे। ये देखें, बिल्कुल वीरान इलाका है, बिल्कुल रोही। ये देखें, कोई चीज़ आपको यहाँ पे नज़र नहीं आएगी। ये देखें, ये टोबा है जी, ये देख रहे हैं आप। अभी फ़िलहाल जानवर जो हैं वो चराने के लिए छेड़ पे लेके जा चुके हैं लोग, तो जब वापस आएंगे तो इस टोबे से पानी पिलाएंगे। पुराना टोबे से ना तो ओट ओट होते हैं, तो माल साल आए बैठे हैं धूप रहे हैं, असा गुटाने जो रहे थे। अस्सलाम वालेकुम। की नाम है तुम्हारा? असगर। असगर, तुसी भी माल रखा हुआ है जी? गायें तुम्हारियां ने या ओट वगैरह ने? गायें। गायें ने, अच्छा। और ठीक है माशाल्लाह, रोई का लिबास पाया हुआ है? ठीक है, मेहरबानी, खुश रहो।